ਅੰਜੀ ਅੱਜ ਜਿਹੜੀ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਦਾ ਨਾਮ ਬਿਹਾਰ ਕਲੋਨੀ 112/15 ਤਹਿਸੀਲ ਮੀਆਂ ਚੰਨੂ ਜ਼ਿਲ੍ਹਾ ਖਾਨੇਵਾਲ ਕਿਉਂਕਿ ਇਸ ਜਗ੍ਹਾ ਦੇ ਵਿੱਚ ਬਿਹਾਰੀ ਲੋਕ ਹੀ ਰਹਿੰਦੇ ਆ ਜਿਹੜੇ 1992 ਦੇ ਵਿੱਚ ਬੰਗਲਾਦੇਸ਼ ਤੋਂ ਟੁਰ ਕੇ ਪਾਕਿਸਤਾਨ ਵਿੱਚ ਆਏ ਸੀ ਤੇ ਅੱਜ ਵੀ ਇੱਥੇ ਹੀ ਰਹਿੰਦੇ ਆ ਮੀਆਂ ਚੰਨੂ ਦਾ ਤੱਲਕ ਰੱਖਣ ਵਾਲੇ ਸਾਬਕਾ ਵਜ਼ੀਰ ਆਲਾ ਪੰਜਾਬ ਜਨਾਬ غلام ਹੈਦਰ ਵਾਈ ਸਾਹਿਬ ਉਹ ਇਹਨਾਂ ਨੂੰ 1992 ਦੇ ਵਿੱਚ ਪਾਕਿਸਤਾਨ ਲੈ ਕੇ ਆਏ ਸੀ ਉਸ ਵੇਲੇ ਭਾਰਤ ਸਰਕਾਰ ਤੇ ਬੰਗਲਾਦੇਸ਼ ਸਰਕਾਰਾਂ ਦੇ ਵਿੱਚ ਜੰਗ ਲੱਗੀ ਹੋਈ ਸੀ ਤੇ ਕੁਛ ਕਰ ਪਾਕਿਸਤਾਨ ਆ ਗਿਆ ਕਿਉਂਕਿ ਇਹ ਘਰ ਬਿਹਾਰ ਚੋਂ ਠੱਕਿਆ ਸੀ ਇਸੇ ਕਰਕੇ ਇਸ ਕਲੋਨੀ ਨੂੰ ਬਿਹਾਰ ਕਲੋਨੀ ਦਾ ਨਾਮ ਦਿੱਤਾ ਗਿਆ ਇਹ ਕਲੋਨੀ ਗולם ਹੈਦਰ ਵਾਈਸ ਸਾਹਿਬ ਨੇ 1992 ਦੇ ਵਿੱਚ ਬਣਾਈ ਤੇ ਇੱਥੇ ਸਾਰੇ ਹੀ ਬਿਹਾਰੀ ਰਹਿੰਦੇ ਆ ਪਰ ਹੁਣ ਚੰਦ ਹੋਰ ਬਰਾਦੀਆਂ ਵੀ ਇੱਥੇ ਰਹਿਣ ਲੱਗ ਗਈਆਂ ਇਸ ਕਲੋਨੀ ਦੀ ਖਾਸ ਗੱਲ ਇਹ ਆ ਕਿ ਇਹਦਾ ਨਕਸ਼ਾ ਇਸ ਤਰ੍ਹਾਂ ਬਣਿਆ ਹੋਇਆ ਹਰ ਘਰ ਦੂਜੇ ਘਰ ਦੇ ਨਾਲ ਜਲਦਾ ਤੇ ਹਰ ਘਰ ਦੀ ਸ਼ੇਪ ਇੱਕੋ ਜਿਹੀ ਹੈ ਇੱਕ ਘਰ ਦੂਜੇ ਘਰ ਤੋਂ ਅਲੈਦਾ ਨਹੀਂ ਸਾਰੇ ਇੱਕੋ ਇੱਕ ਨਕਸ਼ੇ ਦੇ ਤਹਿਤ ਬਣੇ ਹੋਏ ਘਰ ਤੇ ਤਾਨੂੰ ਨਜ਼ਰ ਵੀ ਆ ਰਹੇ ਸਾਨੂੰ ਇਸ ਕਲੋਨੀ ਦੇ ਵਿੱਚ ਸੱਦਿਆ ਭਾਈ ਮੂਸਾ ਸਾਹਿਬ ਨੇ ਤੇ ਸਾਨੂੰ ਉਹਨਾਂ ਨੇ ਇਸ ਕਲੋਨੀ ਦੇ ਬਾਰੇ ਦੱਸਿਆ ਕਿ ਇਸ ਕਲੋਨੀ ਦੇ ਵਿੱਚ 870 ਕੁਆਟਰ ਬਣੇ ਹੋਏ ਆ ਇਸ ਕਲੋਨੀ ਦੇ ਵਿੱਚ ਲਗਭਗ 6000 ਲੋਕ ਰਹਿੰਦੇ ਆ ਵੀਡੀਓ ਪੂਰੀ ਵੇਖਣ ਵਾਸਤੇ ਸਾਡਾ YouTube ਚੈਨਲ ਗਲੋਬਲ ਪਿੰਡ ਅਫੀਸ਼ੀਅਲ ਦੇ ਨਾਮ ਤੋਂ ਵਿਜ਼ਿਟ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਿਰਾ ਕਰੋ ਰੱਬ ਰੱਖ